ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੈਸ ਦੇ ਐਕਸ਼ਨ ਪਲਾਨ ਦੇ ਬਾਰੇ ਦੇ ਵਿੱਚ ਜਿਹੜਾ 22/8/2020 ਤੋਂ 16/9/2020 ਤੱਕ ਉਲੀਕਿਆ ਗਿਆ ਹੈ ਪੈਸ ਦੇ ਬਾਰੇ ਦੇ ਵਿੱਚ ਮੈਂ ਅਲੱਗ ਤੋਂ ਵੀਡੀਓ ਪਾ ਚੁੱਕਿਆ ਹਾਂ ਜਿਦੇ ਵਿੱਚ ਪੈਸ ਦੇ ਬਾਰੇ ਦੇ ਵਿੱਚ ਡਿਟੇਲ ਜਾਣਕਾਰੀ ਦਿੱਤੀ ਗਈ ਹੈ ਜੇਕਰ ਤੁਹਾਨੂੰ ਪੈਸ ਦੇ ਬਾਰੇ ਦੇ ਵਿੱਚ ਕੋਈ ਕਨਫਿਊਜ਼ਨ ਹੈ ਤਾਂ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ ਇਸ ਤੋਂ ਇਲਾਵਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਹੜਾ ਐਕਸ਼ਨ ਪਲਾਨ ਬਾਰੇ ਸਿਰਫ ਕਿ ਐਕਚੁਅਲ ਪ੍ਰੋਗਰਾਮ 28 ਤੋਂ 16 9 ਤੱਕ ਕੀ ਹੈ ਸਭ ਤੋਂ ਪਹਿਲਾਂ ਜਾਗਰੂਕਤਾ ਮੁਹਿੰਮ ਹੈ ਜਿਹੜਾ ਕਿ ਸਮਾਂ ਲੰਘ ਚੁੱਕਿਆ ਹੈ ਜਾਗਰੂਕਤਾ ਮੁਹਿੰਮ ਦੇ ਵਿੱਚ ਸੀ ਮਾਪਿਆਂ ਬੱਚਿਆਂ ਕਮਿਊਨਿਟੀ ਨੂੰ ਪੂਰੇ ਏਜੰਡੇ ਬਾਰੇ ਦੱਸਣਾ ਸੀਗਾ ਪੋਸਟਰ ਵੀਡੀਓ ਸੋਸ਼ਲ ਮੀਡੀਆ ਫਲੈਕਸ ਅਨਾਉਂਸਮੈਂਟ ਰਾਹੀਂ ਔਰ ਜਿਹੜਾ ਕੰਮ ਹੋ ਚੁੱਕਿਆ ਹੈ ਜਾਂ ਹੋ ਰਿਹਾ ਇਸ ਤੋਂ ਇਲਾਵਾ ਕਪੈਸਿਟੀ ਬਿਲਡਿੰਗ ਦੂਸਰਾ ਜਿਹੜਾ ਮੁੱਖ ਪ੍ਰੋਗਰਾਮ ਹੈ ਜਿਹੜਾ ਪਲਾਨ ਹੈ ਉਹ ਹੈਗਾ ਕਪੈਸਿਟੀ ਬਿਲਡਿੰਗ ਅਰਥਾਤ ਜਿਹੜੇ ਲੈਕਚਰਰਸ ਨੇ ਟੀਚਰਸ ਨੇ ਉਹਨਾਂ ਦੀਆਂ ਟ੍ਰੇਨਿੰਗ ਲਗਣੀਆਂ ਨੇ ਤਾਂ ਉਹ ਪ੍ਰੋਗਰਾਮ 11/8 ਤੋਂ ਚੱਲ ਰਿਹਾ 31/8 ਤੱਕ ਚੱਲੇਗਾ ਬਹੁਤ ਸਾਰੇ ਟੀਚਰਸ ਦੀਆਂ ਟ੍ਰੇਨਿੰਗ ਕਰਵਾ ਦਿੱਤੀਆਂ ਗਈਆਂ ਬਾਕੀ ਜਿਹੜੇ ਟੀਚਰਸ ਨੇ ਉਹਨਾਂ ਨੇ ਜਲਦੀ ਹੀ ਜਿਹੜੀਆਂ ਟ੍ਰੇਨਿੰਗ ਨੇ ਵਿਭਾਗ ਵੱਲੋਂ ਜ਼ਿਲ੍ਹਾ ਵਾਈਜ਼ ਜਿਹੜਾ ਪ੍ਰੋਗਰਾਮ ਉਲੀਕ ਕੇ ਪਾਤੀਆਂ ਜਾਣਗੀਆਂ ਇਸ ਤੋਂ ਬਾਅਦ ਹੈ ਜੀ ਐਡਿਟ ਸਕੂਲਾਂ ਦੇ ਲਈ ਐਕਸ਼ਨ ਪਲਾਨ ਤਾਂ ਇਸ ਵਾਰ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਨਾਲ-ਨਾਲ ਐਡਿਟ ਸਕੂਲਾਂ ਲਈ ਵੀ ਐਕਸ਼ਨ ਪਲਾਨ ਤਿਆਰ ਕੀਤਾ ਕਿਉਂਕਿ ਜਿਹੜਾ ਪਾਸ ਹੈ ਉਹ ਸਰਕਾਰੀ ਸਕੂਲਾਂ ਤੋਂ ਇਲਾਵਾ ਐਡਿਟ ਸਕੂਲਾਂ ਤੇ ਵੀ ਲਾਗੂ ਕੀਤਾ ਗਿਆ ਕਿਉਂਕਿ ਜਿਹੜਾ ਨੈਸ ਹੈ ਉਹਦੇ ਵਿੱਚ ਸਿਰਫ ਸਰਕਾਰੀ ਸਕੂਲਾਂ ਦਾ ਹੀ ਨਹੀਂ ਐਡਿਟ ਸਕੂਲਾਂ ਦਾ ਵੀ ਜਿਹੜਾ ਹੈਗਾ ਡਾਟਾ ਸੈਂਪਲ ਵਜੋਂ ਲਿਆ ਜਾਂਦਾ ਹੈ ਤਾਂ ਐਡਿਟ ਸਕੂਲਾਂ ਦੇ ਲਈ ਐਕਸ਼ਨ ਪਲਾਨ ਹੈ ਕਿ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਨੂੰ ਨਾਲ ਜੋੜਨਾ ਹੈ ਇਸ ਪ੍ਰੋਗਰਾਮ ਦੇ ਉਸ ਤੋਂ ਬਾਅਦ ਹੈ ਜੀ ਵਿਦਿਆਰਥੀਆਂ ਦੀ ਪ੍ਰੈਕਟਿਸ ਸੰਬੰਧੀ ਕਿ ਵਿਦਿਆਰਥੀਆਂ ਦੀ ਪਾਸ ਸੰਬੰਧੀ ਪ੍ਰੈਕਟਿਸ ਕਿਵੇਂ ਕਰਵਾਉਣੀ ਹੈ ਤਾਂ ਦਿਨ ਵੰਡੇ ਗਏ ਨੇ ਹੁਣ 24 ਨੂੰ ਟੈਸਟ ਹੋ ਚੁੱਕਿਆ ਜਿਹਦੇ ਵਿੱਚ ਸਾਰੇ ਵਿਸ਼ਿਆਂ ਦਾ 6ਵੀਂ ਤੋਂ ਲੈ ਕੇ 12ਵੀਂ ਤੱਕ ਜਿਹੜਾ ਬੱਚਿਆਂ ਦਾ ਟੈਸਟ ਹੋਇਆ ਹੈ ਇਸ ਤੋਂ ਬਾਅਦ ਹੁਣ ਦਿਨ ਮੰਡੇ ਗਏ ਨੇ ਸਬਜੈਕਟ ਵਾਈਜ਼ ਲਾਈਕ ਸੋਮਵਾਰ ਨੂੰ ਸਾਇੰਸ ਵਿਸ਼ੇ ਦਾ ਜਿਹੜਾ ਹੋਇਆ ਕਰੇਗਾ ਇਹ ਹਰ ਹਫ਼ਤੇ ਦਾ ਪਲਾਨ ਹੈ 16 ਨਵੰਬਰ ਤੱਕ ਹਰ ਹਫ਼ਤੇ ਇਹ ਪਲਾਨ ਚੱਲੇਗਾ ਉਹਦੇ ਅਕੋਰਡਿੰਗ ਨਾਲ ਇਸ ਤੋਂ ਇਲਾਵਾ ਹੋ ਸਕਦਾ ਕਿ ਜੇ 19 ਸਾਡਾ 11 ਨਵੰਬਰ ਨੂੰ ਫਾਈਨਲ ਟੈਸਟ ਹੈ ਤਾਂ ਤਦ ਤੱਕ ਪੂਰਾ ਜਿਹੜਾ ਹੈ ਪਲਾਨ ਹੈ ਚੱਲਦਾ ਰਹੇ ਤਾਂ ਉਸ ਤੋਂ ਬਾਅਦ ਇਸ ਤੋਂ ਇਲਾਵਾ ਜੇ ਕੋਈ ਚੇਂਜਸ ਹੋਣੀਆਂ ਤਾਂ ਮੈਂ ਉਹਦੀ ਬਾਅਦ ਵਿੱਚ ਵੀਡੀਓ ਅਪਡੇਟ ਕਰ ਦੇਵਾਂਗਾ ਤੇ ਜਿਹੜਾ ਹੁਣ ਪਲਾਨ ਹੈਗਾ ਅ ਅਗਸਤ ਅਤੇ ਸਤੰਬਰ ਦਾ ਉਹਦੇ ਵਿੱਚ ਸੋਮਵਾਰ ਨੂੰ ਸਾਇੰਸ ਦਾ ਟੈਸਟ ਹੋਇਆ ਕਰੇਗਾ ਮੰਗਲਵਾਰ ਨੂੰ ਇੰਗਲਿਸ਼ ਵਿਸ਼ੇ ਦਾ ਬੁੱਧਵਾਰ ਨੂੰ ਗਣਿਤ ਦਾ ਵੀਰਵਾਰ ਨੂੰ ਸਮਾਜਿਕ ਵਿਗਿਆਨ ਦਾ ਸ਼ੁੱਕਰਵਾਰ ਨੂੰ ਹਿੰਦੀ ਦਾ ਸ਼ਨੀਵਾਰ ਨੂੰ ਪੰਜਾਬੀ ਦਾ ਇਸੇ ਤਰ੍ਹਾਂ ਐਤਵਾਰ ਨੂੰ ਵਿਭਾਗ ਵੱਲੋਂ ਜਿਹੜੀਆਂ ਐਕਟਿਵਿਟੀਜ਼ ਭੇਜਿਆ ਜਾਣਗੀਆਂ ਉਹਨਾਂ ਦਾ ਜਿਹੜਾ ਤੇ ਆਧਾਰਿਤ ਪ੍ਰੋਗਰਾਮ ਹੋਇਆ ਕਰੇਗਾ ਇਸ ਤੋਂ ਬਾਅਦ 11ਵੀਂ ਤੇ 12ਵੀਂ ਲਈ ਸਪੈਸੀਫਿਕਲੀ ਆਪਾਂ ਗੱਲ ਕਰਦੇ ਹਾਂ ਕਿ 11ਵੀਂ ਅਤੇ 12ਵੀਂ ਦੇ ਲਈ ਕੀ ਪਲਾਨ ਹੈ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਤਾਂ 11ਵੇਂ ਤੇ 12ਵੇਂ ਵਿੱਚ ਵੀ ਸਾਰੇ ਵਿਸ਼ੇ ਨੇ ਜਿਹੜੇ ਉਹਨੂੰ ਡੇ ਵਾਈਜ਼ ਵੰਡ ਦਿੱਤਾ ਗਿਆ ਹੈ ਉਸ ਦਿਨ ਨੂੰ ਹਰ ਹਫ਼ਤੇ ਦੇ ਉਸ ਦਿਨ ਨੂੰ ਜਿਹੜਾ ਉਹ ਟੈਸਟ ਕੁਇਜ਼ ਟੈਸਟਡ ਆ ਗੂਗਲ ਕੁਇਜ਼ ਟੈਸਟ ਹੋਇਆ ਕਰੇਗਾ ਲਾਈਕ ਸੋਮਵਾਰ ਅਤੇ ਮੰਗਲਵਾਰ ਨੂੰ ਜਿਹੜਾ ਹੈਗਾ ਇੰਗਲਿਸ਼ ਅਤੇ ਪੰਘੋਲ ਦਾ ਜਿਹੜਾ ਟੈਸਟ ਹੋਇਆ ਕਰੇਗਾ ਇਸੇ ਤਰ੍ਹਾਂ ਬੁੱਧਵਾਰ ਤੇ ਵੀਰਵਾਰ ਨੂੰ ਜਿਹੜਾ ਹੈ ਅਰਥ ਸ਼ਾਸਤਰ ਇਕਨੋਮਿਕਸ ਤੇ ਹਿਸਟਰੀ ਇਸੇ ਤਰ੍ਹਾਂ ਇਸੇ ਤਰ੍ਹਾਂ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਜਿਹੜਾ ਹੈ ਇਹ ਲਾਜ਼ਮੀ ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਇਹਦੇ ਵਿੱਚ ਮੈਂ ਤੁਹਾਨੂੰ ਸਪੈਸੀਫਿਕਲੀ ਦੱਸ ਦਿੰਨਾ ਕਿ ਜਿਹੜੀ ਸ਼ੁੱਕਰਵਾਰ ਨੂੰ ਲਾਜ਼ਮੀ ਪੰਜਾਬੀ ਦਾ ਹੋਇਆ ਕਰੇਗਾ ਅਤੇ ਸ਼ਨੀਵਾਰ ਨੂੰ ਰਾਜਨੀਤੀ ਸ਼ਾਸਤਰ ਦਾ ਟੈਸਟ ਜਿਹੜਾ ਹੈ Google Quiz ਹਰ ਹਫ਼ਤੇ ਹੋਇਆ ਕਰੇਗਾ ਇਸ ਤੋਂ ਬਾਅਦ ਹੈ ਐਕਸ਼ਨ ਪਲਾਨ ਡਾਟਾ ਲਈ ਇਹਦੇ ਨਾਲ ਆਪਣਾ ਜ਼ਿਆਦਾ ਸਬੰਧ ਨਹੀਂ ਹੈ ਅ ਇਸ ਤੋਂ ਬਾਅਦ ਟਾਈਮ ਲਾਈਨ ਫਾਈਨਲ ਟੈਸਟ ਇਹ ਬਿਲਕੁਲ ਧਿਆਨ ਨਾਲ ਪੜਨ ਵਾਲੀ ਸਲਾਈਡ ਹੈ ਕਿ ਸਾਡੇ ਜਿਹੜੇ ਫਾਈਨਲ ਟੈਸਟ ਹੋਣੇ ਆ ਉਹਨਾਂ ਦਾ ਕੀ ਪ੍ਰੋਗਰਾਮ ਹੈ ਕਿਉਂਕਿ ਜਿਹੜਾ ਆਪਾਂ ਹੁਣ ਤੱਕ ਡਿਸਕਸ ਕੀਤਾ ਉਹ ਤਾਂ ਇੱਕ ਪ੍ਰੈਕਟਿਸ ਟੈਸਟ ਹੋਣਗੇ ਜਿਹੜੇ ਹਰ ਹਫ਼ਤੇ ਹਰ ਵਿਸ਼ੇ ਦਾ ਇੱਕ ਟੈਸਟ ਹੋਇਆ ਕਰੇਗਾ ਉਸ ਤੋਂ ਬਾਅਦ ਜਿਹੜਾ ఎవਾਲਿਊਸ਼ਨ ਬੇਸ ਜਿਹੜਾ ਟੈਸਟ ਹੋਣਾ ਹੈਗਾ ਉਹ ਇਸ ਤਰੀਕੇ ਹਨ ਨਾਲ ਹਨ 24 ਅਗਸਤ ਨੂੰ 2020 ਨੂੰ ਜਿਹੜਾ ਪਹਿਲਾ ਟੈਸਟ ਹੋਏਗਾ ਜਿਹੜਾ ਕਿ ਹੁਣ ਹੋ ਚੁੱਕਿਆ ਸਾਰੇ ਵਿਦਿਆਰਥੀਆਂ ਦਾ ਇਸ ਤੋਂ ਬਾਅਦ ਜਿਹੜਾ ਪਹਿਲਾ ਟੈਸਟ ਹੈਗਾ ਉਹ ਹੋਏਗਾ 16 ਸਤੰਬਰ 2020 ਨੂੰ ਹੁਣ ਜਿਹੜਾ 24 ਅਗਸਤ ਨੂੰ ਟੈਸਟ ਹੋਇਆ ਸੀ ਉਹ ਹੋਇਆ ਸੀਗਾ ਅਪ੍ਰੈਲ ਤੋਂ ਲੈ ਕੇ ਤੇ ਜਿਹੜਾ ਹੁਣ ਤੱਕ ਦਾ ਸਿਲੇਬਸ ਹੋ ਚੁੱਕਿਆ ਹੈ ਉਹਦਾ ਟੈਸਟ ਹੋਇਆ ਸੀ ਉਸ ਤੋਂ ਬਾਅਦ 16 ਸਤੰਬਰ ਤੱਕ ਜਿਹੜਾ ਸਿਲੇਬਸ ਕੰਪਲੀਟ ਹੋ ਜਾਏਗਾ ਉਹਦਾ ਟੈਸਟ ਜਿਹੜਾ ਪਹਿਲਾ ਟੈਸਟ ਆ ਉਹ 16 ਸਤੰਬਰ ਨੂੰ ਹੋਏਗਾ ਉਸ ਤੋਂ ਬਾਅਦ ਜਿਹੜਾ ਸਿਲੇਬਸ ਅਸੀਂ ਕਵਰ ਕਰਨਾ ਸ਼ੁਰੂ ਕਰਾਂਗੇ 21 ਅਕਤੂਬਰ ਤੱਕ ਉਹਦਾ ਦੂਜਾ ਟੈਸਟ ਹੋਏਗਾ ਔਰ ਜਿਹੜਾ ਫਾਈਨਲ ਟੈਸਟ ਹੋਏਗਾ ਉਹ ਹੋਏਗਾ 11 ਨਵੰਬਰ 2020 ਨੂੰ ਅਰਥਾਤ ਅਪ੍ਰੈਲ ਤੋਂ ਲੈ ਕੇ ਪੂਰਾ ਜਿਹੜਾ ਨਵੰਬਰ ਤੱਕ ਜਿੰਨਾ ਵੀ ਸਿਲੇਬਸ ਸਾਡਾ ਕੰਪਲੀਟ ਹੋ ਜਾਏਗਾ ਉਹ ਸਾਰੇ ਦਾ ਜਿਹੜਾ ਫਾਈਨਲ ਟੈਸਟ ਹੈ ਉਹ 11 ਨਵੰਬਰ ਨੂੰ ਲਿਆ ਜਾਵੇਗਾ ਇਹ ਹੈ ਜਿਹੜਾ ਪਲਾਨ ਜਿਹੜਾ ਜਿਹਦੇ ਦੇ ਆਧਾਰਿਤ ਪੈਸ ਦੀ ਤਿਆਰੀ ਜਿਹੜੀ ਹੈ ਕਰਵਾਈ ਜਾਏਗੀ ਜਾਂ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਕੰਮ ਕੀਤਾ ਜਾਏਗਾ ਤਾਂ ਹੁਣ ਅਸੀਂ ਜਿਹੜਾ ਪੋਲੀਟੀਕਲ ਸਾਇੰਸ ਵਿਸ਼ਾ ਹੈ ਉਹਦੇ ਨਾਲ ਸੰਬੰਧਿਤ ਜਾਣ ਲੈਣੇ ਆ ਕਿ ਕਿਹੜੇ-ਕਿਹੜੇ ਵਿਸ਼ਿਆਂ ਦੀ ਜਿਹੜੀ ਤਿਆਰੀ ਕਿਸ ਤਰੀਕੇ ਦੇ ਨਾਲ ਕਰਵਾਈ ਜਾਣੀ ਹੈ ਸਿਲੇਬਸ ਕੀ ਹੋਵੇਗਾ ਹਾਂ ਉਹਦੇ ਬਾਰੇ ਆਪਾਂ ਡਿਸਕਸ ਕਰਦੇ ਆ ਤਾਂ ਜਿਹੜੇ ਦਿਨਾਂ ਦੀ ਵੰਡ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਵੀ ਚੁੱਕਾ ਹਾਂ ਕਿ ਕਿਸ ਤਰੀਕੇ ਦੇ ਨਾਲ ਦਿਨ ਵੰਡੇ ਗਏ ਪਿਛਲੀ ਸਲਾਈਡ ਦੇ ਵਿੱਚ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈ ਇਹਦੇ ਬਾਰੇ ਮੈਂ ਪਿਛਲੀ ਸਲਾਈਡ ਦੇ ਵਿੱਚ ਬਰੀਫਲੀ ਦੱਸ ਦਿੱਤਾ ਸੀ ਆਪਾਂ ਫਿਰ ਇੱਕ ਦੋ ਮਿੰਟ ਦੇ ਬਾਅਦ ਤੇ ਗੱਲ ਕਰ ਲੈਨੇ ਆ ਅ ਇਹਦੇ ਵਿੱਚ ਇਸ ਤਰੀਕੇ ਨਾਲ ਹੋਏਗਾ ਕਿ ਸਾਰੇ ਜਿਹੜੇ Google Quiz ਦੇ ਵਿੱਚ ਫਾਰਮ ਆਉਣਗੇ ਜਿਵੇਂ Google Quiz ਬੱਚੇ ਕਰਦੇ ਆ ਜਾਂ 24 ਵਾਲਾ ਟੈਸਟ ਹੋਇਆ ਤੁਸੀਂ ਸਾਰੇ ਜਾਣਦੇ ਹੋ ਇਸ ਤੋਂ ਬਾਅਦ Google Quiz ਵਿੱਚ 10 ਪ੍ਰਸ਼ਨ ਹੋਣਗੇ ਵਿਸ਼ੇ ਦੇ ਔਰ ਹਰੇਕ ਜਿਹੜਾ ਪ੍ਰਸ਼ਨ ਹੈ ਉਹ 2 ਨੰਬਰ ਦਾ ਹੋਏਗਾ 20 ਨੰਬਰ ਦਾ ਇਹ ਟੈਸਟ ਹੋਏਗਾ ਜਿਹੜੇ ਪ੍ਰਸ਼ਨ ਨੇ ਬਹੁ ਵਿਕਲਪੀ ਖਾਲੀ ਥਾਂ ਪਰ ਸਹੀ ਗਲਤ ਉੱਤਰਾਂ ਵਾਲੇ ਪ੍ਰਸ਼ਨ ਹੋਣਗੇ ਇਸ ਤੋਂ ਬਾਅਦ ਜਿਸ ਦਿਨ ਪੇਪਰ ਹੋਏਗਾ ਉਸ ਦਿਨ ਡੇਲੀ ਅਸਾਈਨਮੈਂਟ ਨਹੀਂ ਆਉਣਗੀਆਂ ਉਸ ਵਿਸ਼ੇ ਦੀਆਂ ਜਿਸ ਵਿਸ਼ੇ ਦਾ ਜਿਸ ਦਿਨ ਵੀ ਟੈਸਟ ਹੋਏਗਾ ਉਸ ਦੀਆਂ ਡੇਲੀ ਅਸਾਈਨਮੈਂਟ ਉਸ ਦਿਨ ਨਹੀਂ ਆਉਣਗੀਆਂ ਬਾਕੀ ਸਾਰੇ ਵਿਸ਼ਿਆਂ ਦੀਆਂ ਆਉਣਗੀਆਂ ਇਸ ਤੋਂ ਬਾਅਦ ਜਿਹੜਾ ਲਿੰਕ ਹੈ ਟੈਸਟ ਦਾ ਕੁਝ ਟੈਸਟ ਦਾ ਸਟੇਟ ਅਥਾਰਟੀ ਵੱਲੋਂ ਡਿਸਟ੍ਰਿਕਟ ਇੰਚਾਰਜ ਨੂੰ ਭੇਜਿਆ ਜਾਏਗਾ ਉਸ ਤੋਂ ਬਾਅਦ ਅੱਗੇ-ਅੱਗੇ ਉਹ ਜਿਹੜਾ ਡਿਸਟ੍ਰਿਬਿਊਟ ਹੋਏਗਾ ਜਿਹੜੇ ਜ਼ਿਆਦਾਤਰ ਪ੍ਰਸ਼ਨ ਨੇ ਸਾਰੇ ਅੰਗਰੇਜ਼ੀ ਅਤੇ ਪੰਜਾਬੀ ਦੋਨਾਂ ਭਾਸ਼ਾਵਾਂ ਦੇ ਵਿੱਚ ਹੋਣਗੇ ਤਾਂ ਕਿ ਵਿਦਿਆਰਥੀਆਂ ਨੂੰ ਮੀਡੀਅਮ ਦੀ ਕੋਈ ਵੀ ਪ੍ਰੋਬਲਮ ਨਾ ਆਵੇ ਇਸ ਤੋਂ ਬਾਅਦ ਵੀਕਲੀ ਸ਼ਡਿਊਲ ਹਰ ਹਫ਼ਤੇ ਕਿਸ ਚੀਜ਼ ਦਾ ਜਿਹੜਾ ਵੈਰੀ ਵੈਰੀ ਇੰਪੋਰਟੈਂਟ ਹੈ ਕਿ ਬੱਚੇ ਕਿਹੜੇ ਹਫ਼ਤੇ ਕਿਹੜੀ ਚੀਜ਼ ਦੀ ਤਿਆਰੀ ਕਰਨ ਕਿਹੜੇ ਲੈਸਨ ਦੀ ਤਿਆਰੀ ਕਰਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜਿਹੜਾ ਪੀਐਸ ਹੈ ਉਹ ਸਾਡੇ ਜਿਹੜਾ ਸਿਲੇਬਸ ਦੇ ਵਿੱਚੋਂ ਹੀ ਹੋ ਰਿਹਾ ਜਿਹੜਾ ਸਬਜੈਕਟ ਦਾ ਪਰਟੀਕੂਲਰ ਸਿਲੇਬਸ ਹੈ ਉਸੇ ਸਿਲੇਬਸ ਦੇ ਵਿੱਚੋਂ ਹੀ ਹੋਣਾ ਹੈ ਕੋਈ ਨਵੀਂ ਚੀਜ਼ ਨਹੀਂ ਹੈ ਪੜਨ ਵਾਲੀ ਤੋਂ ਸਿਲੇਬਸ ਦੇ ਵਿੱਚ ਕਿਵੇਂ ਵੰਡ ਕੀਤੀ ਗਈ ਹੈ ਕਿਹੜੇ ਹਫ਼ਤੇ ਕਿਹੜਾ ਟੈਸਟ ਹੋਣਾ ਹੁਣ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ 24 ਨੂੰ ਟੈਸਟ ਹੋ ਚੁੱਕਿਆ ਤੇ ਇਸ ਤੋਂ ਬਾਅਦ ਜਿਹੜਾ ਪਹਿਲਾ ਕੁਇਜ਼ ਟੈਸਟ ਹੋਣਾ ਹੈ ਪੋਲੀਟੀਕਲ ਸਾਇੰਸ ਵਿਸ਼ੇ ਦਾ ਉਹ ਹੋਣਾ ਹੈਗਾ ਸ਼ਨੀਵਾਰ ਨੂੰ ਸੈਟਰਡੇ ਦਾ ਦਿਨ ਨਿਸ਼ਚਿਤ ਕੀਤਾ ਗਿਆ ਪੋਲੀਟੀਕਲ ਸਾਇੰਸ ਦੇ ਲਈ ਤਾਂ ਜਿਹੜਾ ਟੈਸਟ ਹੋਏਗਾ ਉਹ 29 ਨੂੰ ਹੋਏਗਾ ਜਿਹੜਾ ਹੁਣ ਸ਼ਨੀਵਾਰ ਆਉਣ ਵਾਲਾ ਹੈ ਉਹਦੇ ਵਿੱਚ ਕਿਹੜਾ ਲੈਸਨ ਅਸੀਂ ਕਰਨਾ ਹੈ ਗਾਂਧੀਸਮ ਜਾਂ ਮਹਾਤਮਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ ਇਹ 12ਵੀਂ ਜਮਾਤ ਲਈ ਹੈ ਤਿਆਰ ਰੱਖਿਓ 12ਵੀਂ ਜਮਾਤ ਦਾ 11ਵੀਂ ਜਮਾਤ ਦਾ ਅਗਲੇ ਸੈਸ਼ਨਾਂ ਦੇ ਵਿੱਚ ਡਿਸਕਸ ਕਰਾਂਗੇ ਤਾਂ ਜਿਹੜਾ ਹੁਣ ਪਹਿਲਾ ਹਫਤਾ ਜਿਹੜਾ ਹੁਣ ਚੱਲ ਰਿਹਾ ਹੈ ਇਹਦੇ ਵਿੱਚ ਜਿਹੜਾ ਟੈਸਟ ਹੋਏਗਾ ਇਹ 29 ਤਰੀਕ ਨੂੰ ਸ਼ਨੀਵਾਰ ਨੂੰ ਗਾਂਧੀ ਜਿਵਾ ਦਾ ਹੋਏਗਾ ਗਾਂਧੀ ਜੀ ਦੇ ਰਾਜਨੀਤਿਕ ਵਿਚਾਰ ਇਸ ਤੋਂ ਬਾਅਦ ਅਗਲੇ ਹਫਤੇ ਦਾ ਜਿਹੜਾ ਪ੍ਰੋਗਰਾਮ ਹੈ ਉਹ ਹੈ ਅ ਅਗਲੇ ਉਸ ਤੋਂ ਬਾਅਦ 5 9 ਨੂੰ ਅਗਲਾ ਟੈਸਟ ਹੋਏਗਾ 5 9 ਉਸ ਤੋਂ ਅਗਲੇ ਸ਼ਨੀਵਾਰ ਨੂੰ ਉਹਦੇ ਵਿੱਚ ਕਿਹੜਾ ਲੈਸਨ ਜਿਹੜਾ ਹੈ ਡਿਸਕਸ ਕੀਤਾ ਜਾਏਗਾ ਜਾਂ ਕਿਸ ਚੋ ਕੁਐਸਚਨ ਪੁੱਛੇ ਜਾਣਗੇ ਉਹ ਹੈ ਜੀ ਬਿਊਰੋਕਰੇਸੀ ਕਿਹੜਾ ਹੈ ਬਿਊਰੋਕਰੇਸੀ ਜਾਂ ਨੌਕਰਸ਼ਾਹੀ ਜਾਂ ਸੈਨਿਕ ਸਵਾਵਾ ਕਹਿੰਦੇ ਆਸੀਂ ਉਸ ਨੂੰ ਨੌਕਰਸ਼ਾਹੀ ਦੇ ਲੈਸਨ ਦੇ ਵਿੱਚੋਂ ਉਸ ਤੋਂ ਅਗਲੇ ਹਫ਼ਤੇ ਟੈਸਟ ਹੋਏਗਾ ਇਸ ਤੋਂ ਬਾਅਦ ਉਸ ਤੋਂ ਅਗਲਾ ਹਫ਼ਤਾ ਆ ਗਿਆ ਜੀ ਉਹਦੇ ਵਿੱਚ ਜਿਹੜਾ ਹੈਗਾ ਫਿਰ 12 ਤਰੀਕ ਨੂੰ ਆਉਂਦਾ ਸ਼ਨੀਵਾਰ ਤਾਂ 12 ਤਰੀਕ ਨੂੰ ਫਿਰ ਜਿਹੜਾ ਪੈਸ ਦਾ ਜਿਹੜਾ ਟੈਸਟ ਹੋਏਗਾ ਇਹਦੇ ਵਿੱਚ ਜਿਹੜਾ ਲੈਸਨ ਹੈ ਉਹ ਹੈਗਾ ਪਬਲਿਕ ਓਪੀਨੀਅਨ ਲੋਕਮਤ 12ਵੀਂ ਜਮਾਤ ਦਾ ਲੋਕਮਤ ਲੈਸਨ ਹੈ ਉਹਦੇ ਵਿੱਚੋਂ ਟੈਸਟ ਲਿਆ ਜਾਏਗਾ ਹਾਂਜੀ ਇਸ ਤੋਂ ਬਾਅਦ ਉਸ ਤੋਂ ਅਗਲੇ ਹਫਤੇ ਅਰਥਾਤ 19-9 ਨੂੰ ਜਿਵੇਂ ਆ ਪੜਿਆ ਸੀ ਕਿ 19-9 ਤੱਕ ਦਾ ਇਹ ਪਲਾਨ ਹੈ ਤਾਂ ਜਿਹੜਾ 19-9 19-9 ਨੂੰ ਜਿਹੜਾ ਸ਼ਨੀਵਾਰ ਹੈ ਉਹਦੇ ਵਿੱਚ ਅਰਬਨ ਲੋਕਲ ਗਵਰਨਮੈਂਟ ਜਿਹੜਾ ਲੈਸਨ ਆ ਉਹਦਾ ਟੈਸਟ ਹੋਏਗਾ ਸ਼ਹਿਰੀ ਸਥਾਨਕ ਸੰਸਥਾਵਾਂ ਜਾਂ ਸ਼ਹਿਰੀ ਲੋਕਤੰਤਰ ਨਾਲ ਸੰਬੰਧਿਤ ਸੰਸਥਾਵਾਂ ਇਹ ਲੈਸਨ ਦਾ ਟੈਸਟ ਜਿਹੜਾ ਹੋਏਗਾ ਇਹ ਸੀ 12ਵੀਂ ਜਮਾਤ ਲਈ ਪਲਾਨ ਸਤੰਬਰ ਤੱਕ ਦਾ ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ 11ਵੀਂ ਜਮਾਤ ਦਾ ਕੀ ਸ਼ਡਿਊਲ ਹੈ ਤਾਂ 11ਵੀਂ ਜਮਾਤ ਲਈ ਜਿਹੜਾ ਹੁਣ ਹਫਤਾ ਚੱਲ ਰਿਹਾ ਹੈ ਅਰਥਾਤ 29 ਨੂੰ ਜਿਹੜਾ ਟੈਸਟ ਹੋਣਾ ਹੈਗਾ ਉਹ ਹੈਗਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਇਹ ਲੈਸਨ ਇਹਦੇ ਬਾਰੇ ਜਿਹੜਾ ਮਟੀਰੀਅਲ ਹੈ ਉਹ ਗਰੁੱਪ ਦੇ ਵਿੱਚ ਭੇਜਿਆ ਜਾਏਗਾ ਪੂਰਾ ਹਫਤਾ ਔਰ ਸ਼ਨੀਵਾਰ ਨੂੰ 29 ਤਰੀਕ ਨੂੰ ਇਸ ਵਿਸ਼ੇ ਦੇ ਵਿੱਚੋਂ ਇਸ ਲੈਸਨ ਦੇ ਵਿੱਚੋਂ ਜਿਹੜਾ 10 ਕੁਐਸਚਨ ਹੈ 20 ਨੰਬਰ ਦਾ ਟੈਸਟ ਜਿਹੜਾ ਉਹ ਬੱਚਿਆਂ ਦਾ Google Quiz ਰਾਹੀਂ ਲਿਆ ਜਾਏਗਾ ਇਸ ਤੋਂ ਬਾਅਦ ਇਸ ਤੋਂ ਅਗਲੇ ਹਫਤੇ ਆ ਗਿਆ ਜੀ ਪ੍ਰੋਗਰਾਮ ਉਹ ਹੈਗਾ ਟੈਸਟ ਹੈਗਾ ਇਹ 5 9 2020 ਸ਼ਨੀਵਾਰ ਨੂੰ ਹੀ ਔਰ ਇਹ ਵਿਸ਼ਾ ਕਿਹੜਾ ਹੋਇਆਗਾ ਟਾਪਿਕ ਇਹਡਾ ਹੋਏਗਾ ਇਕੁਐਲਟੀ ਇਕੁਐਲਟੀ ਸਮਾਨਤਾ ਸਮਾਨਤਾ ਦਾ ਜਿਹੜਾ ਪਾਠ ਹੈ ਉਹਦੇ ਵਿੱਚੋਂ ਗੂਗਲ ਕੁਇਜ਼ ਦਾ ਟੈਸਟ ਲਿਆ ਜਾਏਗਾ ਇਸ ਤੋਂ ਬਾਅਦ ਹੈ ਜੀ ਉਸ ਤੋਂ ਅਗਲੇ ਹਫਤੇ ਦੇ ਵਿੱਚ ਹੈ ਜਸਟਿਸ ਜਿਹੜਾ ਸ਼ਨੀਵਾਰ ਨੂੰ ਟੈਸਟ ਲਿਆ ਜਾਣਾ ਹੈ ਜਸਟਿਸ ਇਹ 12 9 2020 ਨੂੰ 12 9 2020 ਜਿਹੜਾ ਸ਼ਨੀਵਾਰ ਹੈ ਉਸ ਦਿਨ ਲਿਆ ਜਾਏਗਾ ਜਸਟਿਸ ਨਿਆ ਇਸ ਇਸ ਜਿਹੜਾ ਟਾਪਿਕ ਹੈ ਇਹਦਾ ਟੈਸਟ ਹੋਏਗਾ ਇਸ ਤੋਂ ਬਾਅਦ ਉਸ ਤੋਂ ਬਾਅਦ ਅਗਲਾ ਹਫਤਾ ਆ ਗਿਆ ਜੀ 19 9 2020 19 9 2020 ਨੂੰ ਜਿਹੜਾ ਸ਼ਨੀਵਾਰ ਪੈਂਦਾ ਹੈ ਉਹਦੇ ਵਿੱਚ ਇੰਡੀਅਨ ਫੈਡਰਲਿਜ਼ਮ ਦਾ ਟੈਸਟ ਲਿਆ ਜਾਏਗਾ ਇਸ ਲੈਸਨ ਦੇ ਜੋ ਟੈਸਟ ਹੋਏਗਾ ਭਾਰਤੀ ਸੰਘਵਾਦ ਇਸ ਵਿਸ਼ੇ ਦਾ ਟੈਸਟ ਹੋਏਗਾ ਇਸ ਤਰੀਕੇ ਦੇ ਨਾਲ ਇਹ 19 9 2020 ਤੱਕ ਦਾ ਪੂਰਾ ਪਲਾਨ ਤੁਹਾਡੇ ਸਾਹਮਣੇ ਹੈ ਇਸ ਤਰੀਕੇ ਦੇ ਨਾਲ ਵਿਦਿਆਰਥੀ ਤਿਆਰੀ ਕਰ ਸਕਦੇ ਆ ਅਧਿਆਪਕ ਬੱਚਿਆਂ ਨੂੰ ਤਿਆਰੀ ਕਰਵਾ ਸਕਦੇ ਆ ਔਰ ਜਿਹੜਾ ਟੈਸਟ ਹੈ ਉਹ Google Quiz ਦੇ ਵਿੱਚੋਂ ਹੀ ਹੋਏਗਾ ਔਰ Google Quiz ਜਿਹੜਾ ਪਹਿਲਾਂ ਤੁਹਾਨੂੰ ਬੱਚਿਆਂ ਨੂੰ 24 ਤਰੀਕ ਨੂੰ ਬੱਚੇ ਦੇ ਚੁੱਕੇ ਆ ਉਸੇ ਤਰ੍ਹਾਂ ਦਾ ਜਿਹੜਾ Google Quiz ਹੈ ਉਹ ਆਏਗਾ ਬਟ ਇਹਦੇ ਜਿਹੜੇ ਪ੍ਰਸ਼ਨ ਆ ਉਹ 5 ਦੀ ਬਜਾਏ 10 ਹੋਣਗੇ ਹਰੇਕ ਜਿਹੜਾ ਪ੍ਰਸ਼ਨ ਆ ਉਹਦੇ 2 ਅੰਕ ਹੋਣਗੇ 20 ਨੰਬਰ ਦਾ ਜਿਹੜਾ ਪੇਪਰ ਹੈ ਹਰ ਹਫਤੇ ਲਿਆ ਜਾਏਗਾ ਧੰਨਵਾਦ